ਹਾਂਜੀ ਜੀ, ਮੈਂ ਤੁਹਾਡੇ ਬਾਰੇ ਬੋਰਡ ਦੇਖਿਆ ਸੀ, ਮੈਂ ਟਿਊਸ਼ਨ ਬਾਰੇ ਪਤਾ ਕਰਨਾ ਸੀ। ਐਕਚੁਅਲੀ ਮੋਮ ਘਰ ਨਹੀਂ ਹੈਗੇ। ਓਕੇ, ਇੱਕ ਮਿੰਟ ਮੈਂ ਨਾ, ਇਫ ਯੂ ਡੋਂਟ ਮਾਈਂਡ, ਤੁਹਾਨੂੰ ਗੱਲ ਪੁੱਛਣੀ ਸੀ। ਹਾਂਜੀ। ਤੁਹਾਡਾ ਕੋਈ ਬੋਏਫ੍ਰੈਂਡ ਹੈਗਾ? ਨਹੀਂ। ਲੈ ਵੀ ਤਾਰਿਆਂ, ਬਣ ਗਈ ਗੱਲ। ਬੋਏਫ੍ਰੈਂਡ ਗਰਲਫ੍ਰੈਂਡ ਮੈਂ ਤੇਰਾ ਬੋਏਫ੍ਰੈਂਡ ਤੂੰ ਮੇਰੀ ਗਰਲਫ੍ਰੈਂਡ ਨੂੰ ਮੈਨੂੰ ਕਹਿੰਦੀ ਨਾ 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 ਰੁਕ ਤੇ ਜਾ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਕਹਿੰਦੀ ਨਾ 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 ਮੈਂ ਤੇਰਾ ਬੋਏਫ੍ਰੈਂਡ ਤੂੰ ਮੇਰੀ ਗਰਲਫ੍ਰੈਂਡ ਨੂੰ ਮੈਨੂੰ ਕਹਿੰਦੀ ਨਾ 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 ਰੁਕ ਤੇ ਜਾ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਕਹਿੰਦੀ ਨਾ 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 ਲਾਲ ਟੋਪ ਪਾਲੀ ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸੰਭਾਲੀ ਉਹ ਕੁੜੀ ਦਾਰੂ ਪੀਂਦੀ ਬਾਲੀ ਉੱਤੋਂ ਲਾਲ ਟੋਪ ਪਾਲੀ ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸੰਭਾਲੀ ਮੈਂ ਕਿਹਾ ਡਾਂਸ ਕਰੇਂਗੀ ਨਾ 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 ਰੋਮਾਂਸ ਕਰੇਂਗੀ ਨਾ 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 ਮੈਂ ਤੇਰਾ ਬੋਏਫ੍ਰੈਂਡ ਤੂੰ ਮੇਰੀ ਗਰਲਫ੍ਰੈਂਡ ਨੂੰ ਮੈਨੂੰ ਕਹਿੰਦੀ ਨਾ 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 ਰੁਕ ਤੇ ਜਾ ਮੇਰੀ ਗੱਲ ਤਾਂ ਸੁਣ ਲੈ ਸ਼ਿਕਾਰੀ ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕੱਪ ਉਹ ਕੁੜੀ ਵੇਖੀ ਪਹਿਲੀ ਵਾਰੀ ਲੱਗੇ ਹੱਥ ਦੀ ਸ਼ਿਕਾਰੀ ਉਹਨੇ ਘੂਰੀ ਜਿਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕੱਪ ਪਿਆਰ ਕਰੇਂਗੀ ਨਾ 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 ਮਾਰ ਦਵੇਂਗੀ ਨਾ 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 ਮੈਂ ਤੇਰਾ ਬੋਏਫ੍ਰੈਂਡ ਤੂੰ ਮੇਰੀ ਗਰਲਫ੍ਰੈਂਡ ਨੂੰ ਮੈਨੂੰ ਕਹਿੰਦੀ ਨਾ 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 ਰੁਕ ਤੇ ਜਾ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਨਹੀਂ ਪਰਵਾਹ ਮੈਂ ਵੀ ਤੇਰੇ ਨਾਲ ਸੋਹਣੀ ਕੁੜੀ ਲਊਂਗਾ ਫਸਾ ਉਹ ਜੇ ਤੂੰ ਜਾਣੀਏ ਤੇ ਜਾ ਮੈਨੂੰ ਨਹੀਂ ਪਰਵਾਹ ਮੈਂ ਵੀ ਤੇਰੇ ਨਾਲ ਸੋਹਣੀ ਕੁੜੀ ਲਊਂਗਾ ਫਸਾ ਹੁਣ ਵੇਟ ਕਰੇਂਗੀ ਨਾ 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 ਯਾ ਮੈਨੂੰ ਹੇਟ ਕਰੇਂਗੀ ਨਾ 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 ਮੈਂ ਤੇਰਾ ਬੋਏਫ੍ਰੈਂਡ ਤੂੰ ਮੇਰੀ ਗਰਲਫ੍ਰੈਂਡ ਨੂੰ ਮੈਨੂੰ ਕਹਿੰਦੀ ਨਾ 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 ਰੁਕ ਤੇ ਜਾ ਮੇਰੀ ਗੱਲ ਤਾਂ ਸੁਣ ਲੈ ਦੱਸਿਆ ਨੀ ਤੇ ਮੁੜ ਕੇ ਜੇ ਕਿਤੇ ਮੇਰੇ ਵਾਂਗੂ ਫੜੇ ਗਏ ਨਾ ਤੇ ਫਿਰ ਕਹਿੰਦੇ ਫਿਰੋਗੇ ਸੋਰੀ ਅੰਕਲ ਸੋਰੀ ਮੈਂ ਤਾਂ ਟਿਊਸ਼ਨ ਬਾਰੇ ਪੁੱਛਣ ਆਇਆ ਸੀ।